अच्छा जी तैयार हो गए हम घर जाते भाई राशद भाई साजन मिलने हूँ कि मिलते हैं आप भाई शाहद उन्होंने मिलते हैं आपकी जासमीन मिलते हैं तो फिर घर जाने आप भाई छड़ के आएंगे मजाहद भाई भी मामू भी नाल जा रहे मनीर परेशानी जा गम ਇਹਨਾਂ ਮੇਰੇ ਵੀਰਾਂ ਨੂੰ ਤੰਦਰੁਸਤੀ ਦੇਵੇ ਭਾਈ ਆਬਦ ਮੈਨੂੰ ਛੱਡਣ ਜਾ ਰਹੇ ਤੇ ਨਾਲ ਮਾਮੂ ਮਨੀਰ ਵੀ ਇੱਧਰ ਬੈਠੇ ਹੋਏ ਹਾਂਜੀ ਮਾਮੂ ਵੀ ਭਾਈ ਵੀ ਗੱਡੀ ਚਲਾਉਂਦੇ ਤੇ ਭਾਈ ਮਜਾਹਦ ਹਾਂਜੀ ਬੱਚੇ ਵੀ ਖੁਸ਼ ਆ ਮਾਸ਼ਾਅੱਲਾ ਸਾਰੇ ਤੇ ਇਨਸ਼ਾਅੱਲਾ ਜਾ ਰਹੇ ਤੇ ਬਾਕੀ ਜੋ ਵੀ ਸੀਨ ਹੋਇਆ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਦੇ ਰਹੋ ਅੱਲਾ ਹਾਫਿਜ਼ ਗੋਲੀ ਨਾ ਆ ਗਈ ਹੋਵੇ ਮੈਂ ਇੱਧਰ ਗਿਆ ਸੀ रास्ते घर बाई हुणा को जाइए तभी आंदी है वापसी आईए तभी आंदी फिर असीं मिलन तो बगैर नहीं आईदा इन मिल के ना फिर जाइए बस साडा दिल नहीं करदा मैं जानू भी कोले भैन आ फिर हां जी बेटे ਆਬਦ ਭਾਈ ਹੁਣ ਇੱਥੇ ਬੈਠੇ ਹੋਰ ਆਬਦ ਭਾਈ ਸਹੀ ਲੱਗਦਾ ਪਿਆ ਹੁਣ ਆਰਾਮ ਕਰਕੇ ਹਾਂਜੀ 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 ਵੀਰੇ ਫਿਰ ਨਾਲੇ ਭੈਣਾਂ ਨੂੰ ਨਹੀਂ ਦਿਲ ਕਰਦਾ ਐਵੇਂ ਛੱਡ ਕੇ ਜਾਣ ਦਾ ਜਦੋਂ ਰਾਸਤੇ 'ਚ ਹੋਣ मिल के जाते बाजी भी बहुत ज्यादा कर दी सोच होंगी वीरे हां 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 जी
ਮਮੂ ਮਨੀਰ ਬੈਠੇ ਆ, ਭਾਈ ਮੁਜਾਹਦ ਬੈਠੇ, ਲਾਹੌਰੀ ਭਾਈ ਬੈਠੇ ਆ। ਇਹ ਮੇਰਾ ਭਾਣਜਾ ਅਰਸਲਾਨ, ਮੇਰੀ ਨੰਦ ਦਾ ਬੇਟਾ। ਹੋਰ ਅਰਸਲਾਨ ਬੇਟੇ ਨਹੀਂ ਭਾਈ, ਨਹੀਂ ਨਹੀਂ ਮੇਰੇ ਭਾਣ ਜੀ ਦਾ ਚੈਨਲ ਹੈ ਨੀ, ਐਵੇਂ ਮਾਮੂ ਬਜ਼ਾ ਕਰਦੇ ਇਹ ਦੁਕਾਨਦਾਰੀ ਕਰਦਾ ਮੇਰਾ ਭਾਣ ਜਾ। ਹਾਂਜੀ ਹਾਂਜੀ, ਜਿਹੜਾ ਕੰਮ। ਹਾਂਜੀ ਨਹੀਂ ਮਾਸ਼ਾਅੱਲਾ ਪੜ੍ਹੇ ਲਿਖੇ ਵੀ ਆ, ਬਾਕੀ ਜਿਹੜਾ ਹੋਰ ਵੀ ਕੰਮ ਕਰਦੇ। ਅਰਸਲਾਨ ਬੇਟਾ ਪਹਿਲਾਂ ਟਾਹ ਨਹੀਂ ਲਾਉਂਦਾ ਵਗੈਰਾ ਸੀ, ਜਿਹੜਾ ਫਰੈਸ਼ ਵਗੈਰਾ ਲਾਉਂਦਾ ਨਹੀਂ ਜਾਂਦੀ ਤਾਂ ਪਾਪਾ ਕਹਿੰਦਾ। ਹਾਂ ਇਹ ਕਰਦੇ ਰਹੇ ਤੇ ਉਹ ਪਾਪਾ ਇਹਨਾਂ ਦੇ ਕਹਿੰਦੇ ਵੀ ਆਪਣੀ ਜ਼ਮੀਨ ਹੀ। ਹਾਂ ਭਾਈ ਸ਼ਾਹਦ ਵੀ ਜਾ ਰਿਹਾ ਇਸਲਾਮਾਬਾਦ, ਵੱਡਾ ਭਾਈ ਮੇਰਾ ਵੀ ਇਸਲਾਮਾਬਾਦ ਜਾ ਰਿਹਾ ਤੇ ਆਬਦ ਭਾਈ ਨੇ। ਹਾਂ ਹਾਂਜੀ, ਕੁਛ ਕੁਛ ਜ਼ਮੀਨ ਆ, ਕੁਛ ਆਪਦਾ ਦੁਕਾਨਦਾਰੀ। ਫਿਰ ਭਾਈ ਨੇ ਕੈਰੀ ਡੱਬਾ ਰੱਖਿਆ ਵਾ, ਨਾਲੇ ਬੱਚੇ ਵੀ ਲਾਂਦੇ ਤੇ ਸਵਾਰੀ ਵਗੈਰਾ ਲੱਗ ਜਾਵੇ ਭਾਈ ਉਹ ਵੀ ਲੈ ਜਾਂਦੇ ਤੇ ਫਿਰ ਸਲਾਨ ਬੇਟਾ ਦੁਕਾਨ ਤੇ ਖਲੋ ਜਾਂਦਾ। ਅੱਲਾਹ ਤਾਲਾ ਨੇ ਰਿਜ਼ਕ ਦਿੱਤਾ, ਰੋਜ਼ੀ ਦਿੱਤੀ, ਸੋਹਣੀ ਚੱਲੀ ਜਾਂਦੀ। ਅੱਲਾਹ ਮੀਆਂ ਬਰਕਤ ਪਾਵੇ। ਹਾਂਜੀ ਮਾਮੂ ਅਰਸਲਾਨ ਭਾਈ ਤੇ ਬੇਟਾ ਮੇਰਾ ਤੇ ਮੁਜਾਹਦ ਭਾਈ ਤੇ ਆਬਦ ਭਾਈ ਬੈਠੇ ਗੱਪ ਛੱਪ ਲਾਉਂਦੇ ਤੇ ਮੈਂ ਹੁਣ ਆਪਦੀ ਭੈਣ ਨਾਲ ਲਾਉਂਦੀ ਗੱਪ ਛੱਪ। ਤੁਸੀਂ ਭਾਈ ਇੱਥੇ ਲਾਓ। ਹਾਂਜੀ ਤੁਸੀਂ ਇੱਥੇ ਲਾਓ ਭਾਈ, ਬਹਿ ਕੇ ਮੈਂ। ਹਾਂਜੀ ਹਾਂਜੀ ਵੀਰੇ, ਇੰਦੇ ਇੰਦੇ ਭੈਣਾਂ ਭੈਣਾਂ ਦੀਆਂ ਤੇ ਕਾਫੀ ਪਾਪੜ ਤੋੜੇ। ਹਾਂਜੀ ਦੱਸੀ ਤਲੇ ਇੱਧਰ ਦੋ ਆਈਟਮਾਂ ਦੇ ਪਾਪੜ ਨਾਲ ਤੇ ਮੇਰੀ ਚਟਨੀ ਤੇ ਸਾਰੇ ਹੱਸਦੇ। ਅੱਛਾ ਨੀ ਬਾਜੀ ਹੈ ਨੀ? ਅੱਛਾ ਜੀ ਭਾਜੀ ਆਪ ਕਿਤਾਏ ਬੱਚੇ? ਅੱਛਾ ਤਰ੍ਹਾਂ ਦੇ ਬੱਚੇ ਆ? ਜੋੜੀ ਆ ਜਿਹੜੀ ਆ ਜੋੜੀ ਆ ਵੱਡੀ? ਹਾਂ ਤੇ ਇਹਨਾਂ ਦੇ ਬੱਚੇ ਆ ਦੇ ਨਿੱਕੇ ਨਿੱਕੇ ਤਿੱਤਰਾਂ ਦੇ, ਕਿੰਨੇ ਪਿਆਰੇ ਲੱਗਦੇ ਪਏ ਮਾਸ਼ਾਅੱਲਾ। ਅੱਛਾ ਜੀ ਬਾਜੀ ਆਪਦਾ ਕੋਲੇ ਆ ਗਏ, ਬਾਜੀ ਆਪਦਾ ਕੋਲੇ ਆ ਗਏ ਤੇ ਹੁਣ ਭਾਈ ਸਾਜਦਾ ਕੋਲੇ ਆਏ ਇੱਥੇ। ਹੋਰ ਮੇਰੀ ਨੰਦ ਰਹਿੰਦੀ ਇੱਕ ਪਿੱਛੇ ਸਿੱਖ ਕੇ ਤੇ ਇਹਨਾਂ ਨੂੰ ਮਿਲਣ ਆਏ ਤੇ ਮਾਸ਼ਾਅੱਲਾ ਕਿਚਨ ਉੱਧਰ ਵੀ ਆ ਵੱਡੇ ਘਰ, ਦੂਸਰਾ ਉੱਥੇ ਵੀ ਕਿਚਨ। ਇਹ ਜਰਾ ਦੇਸੀ ਮਾਹੌਲ ਆ, ਇੱਧਰ ਮਾਲ ਬੰਨਦੇ ਆ ਦੇ, ਉੱਧਰ ਬਿਸਤਰੇ ਵਗੈਰਾ, ਇੱਧਰ ਚਾਰ ਪਾਈਆਂ ਲਾਈਆਂ, ਚੁੱਲ੍ਹਾ ਵਗੈਰਾ ਵੀ ਇੱਥੇ ਦੇਖ ਸਕਦੇ ਮੇਰੇ ਭੈਣ। ਇੱਧਰ ਕੂਲਰ ਪੱਖੇ ਵੀ ਰੱਖੇ ਹੋਏ ਤੇ ਮਾਲ ਵੀ ਮਾਸ਼ਾਅੱਲਾ ਉੱਧਰ ਡੇਰਾ ਨਾ, ਤੇ ਇਹ ਇੱਧਰ ਆਪਣੀ ਜਗ੍ਹਾ ਵਾ, ਇੱਧਰ ਮਾਲ ਮੂਲ ਆ, ਇੱਧਰ ਪੂਰਾ ਘਰ ਆ ਮਾਸ਼ਾਅੱਲਾ ਦੇਖ ਸਕਦੇ, ਮਕਾਨ ਨਜ਼ਰ ਆ ਰਹੇ। ਬਾਜੀ ਸਾਜਦਾ ਕੋਲੇ ਆ ਗਏ, ਉਹ ਕਾਰ ਤੇ ਆਏ ਭਾਈ ਆਬੋ ਛੱਡਣ ਆਏ, ਭਾਈ ਆਬੋ ਤੋਂ ਬੈਠੇ ਤੇ ਮੈਂ ਕਿਹਾ ਆਪਣੇ ਭੈਣ ਭਾਈਆਂ ਨਾਲ ਦੇਸੀ ਮਾਹੌਲ ਦਾ ਕਿਚਨ ਸ਼ੇਅਰ ਕਰਦੀ। ਮਾਸ਼ਾਅੱਲਾ ਮਾਲ ਉੱਧਰ ਹੀ ਸਾਡਾ, ਹੁਣ ਮਾਲ ਨਹੀਂ ਬੰਨਦੇ ਗਰਮੀ ਬਾਹਰ ਹੁੰਦਾ, ਇੱਥੇ ਆ ਪੈ ਜਾਂਦੇ ਹੁਣੇ ਮੱਛਰਦਾਨੀਆਂ ਲਗਾ ਕੇ। ਤੇ ਮਾਸ਼ਾਅੱਲਾ ਦੇਸੀ ਮਾਹੌਲ ਦਾ ਕਿਚਨ ਬਣਿਆ ਹੋਇਆ, ਮੇਰੀ ਭੈਣ ਨੇ ਬਣਾਇਆ, ਉੱਧਰ ਵੀ ਮਾਸ਼ਾਅੱਲਾ ਇਹ ਵੀ ਬਣਾਇਆ, ਨੀਚੇ ਚੁੱਲ੍ਹਾ ਰੱਖਿਆ ਦੂਸਰਾ। ਮੈਂ ਕਿਹਾ ਮੇਰੀ ਭੈਣ ਦਾ ਕਿਚਨ ਸੋਹਣਾ ਦੇਸੀ ਮਾਹੌਲ ਦਾ, ਹਾਂ ਪਿਆਰਾ ਲੱਗਦਾ ਪਿਆ ਮਾਸ਼ਾਅੱਲਾ ਇੱਥੇ। ਉੱਧਰ ਵੀ ਸਹੀ ਕਿਚਨ ਬਣਿਆ ਹੋਇਆ ਤੇ ਆਹ ਨਾਰਮਲ ਬਣਾਇਆ ਵੀ ਜਾਨੀ ਕਿੱਥੇ ਰੱਖਿਆ ਹੋਣਾ। ਬਾਈ ਨਸੀਮ ਦਾ ਡੇਰਾ ਮਾਸ਼ਾਅੱਲਾ, ਆਹ ਦੇਖ ਸਕਦੇ ਮੇਰੇ ਭੈਣ ਬਈ, ਉੱਧਰ ਉਹ ਘਰ ਆ ਸਾਹਮਣੇ ਮਾਸ਼ਾਅੱਲਾ ਇਹਨਾਂ ਦਾ ਮਾਲ। ਇਹ ਮਾਸ਼ਾਅੱਲਾ ਉਹਨੇ ਜ਼ਮੀਨ ਬਾਗ ਵਗੈਰਾ ਲਗਾਇਆ ਤੇ ਉਹ ਮੁਰਗੀਆਂ ਚੁਰਗੀਆਂ ਫਿਰ ਆਉਂਦੀਆਂ ਮਾਸ਼ਾਅੱਲਾ।
फिर दिया पिया। मेरा बेटा खुश हो गया। मेरा बेटे तो बड़ा दिलदास होया सी, मेरे बेटे दा मेरे को ऐसे हुण अपने बेटे कोले पहुंच गई मैं। खुश है बेटा, हुण मम्मा आ गई। हां जी मम्मा। पहुंच आए हैं। ਦਸਤੇ ਦੇ ਦੋਹਾ ਸਿਸਟਰਾਂ ਦਾ ਘਰ ਸੀਗਾ, ਉਹਨਾਂ ਜੋ ਮੇਰਾ ਕੱਢ ਕੇ ਦੁਆ ਸਲਾਮ ਖੈਰ ਕਰਕੇ ਕਾਫੀ ਟਾਈਮ ਤੋਂ ਅਸੀਂ ਖਾਣੇ ਦਾ ਵੀ ਖਾਣਾ ਖਾ ਕੇ ਜੇ ਦੇਖਣ ਅਸੀਂ ਚਾਹੇ ਕਹਿੰਦੇ ਕਿਸੇ ਦਾ ਬਰੂਸ ਵੀ ਪਿਲਾਉਣਾ ਚਾਹੀਦਾ, ਚਾਹੇ ਪੀਤੀ ਹੈ ਬਸ ਚਾਹੇ ਪੀ ਕੇ ਫਿਰ ਅਸੀਂ ਆਣ ਕੇ ਸਾਨੂੰ ਜ਼ਿਆਦਾ ਦੋ ਕਿਉਂਕਿ ਅਸੀਂ ਵਾਪਸੀ ਹੀ ਮੁੜਨਾ ਵਾ। ਕਹਿਣਾ ਤੇ ਕਹਿ ਰਹੀਆਂ ਵਾ ਦੂਸਰੀ ਆਪੇ ਜੀ ਕਹਿ ਰਹੇ ਕਿ ਆਪ ਨੂੰ ਲਈ ਤੂੰ ਹੈ ਇੱਥੇ रात।